ਅਗਰ ਪਿਛਲਾ ਲੋਕ ਸਭਾ ਇਲੈਕਸ਼ਨ ਦੇਖਿਆ ਜਾਵੇ ਤੇ ਕਾਂਗਰਸ ਨੇ ਫਤਿਹ ਕੀਤਾ ਸੀਗਾ ਲੁਧਿਆਣਾ, ਰਵਨੀਤ ਸਿੰਘ ਬਿੱਟੂ ਜਿੱਤੇ ਸੀ ਜੀ। ਹਾਲਾਂਕਿ ਸਰਕਾਰ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਣੀ ਸੀ, ਉਸ ਆਂਧੀ ਵਿੱਚ ਰਵਨੀਤ ਸਿੰਘ ਬਿੱਟੂ ਨੇ ਸੀਟ ਕੱਢੀ ਸੀ ਜੀ। ਨਵਜੋਤ ਸਿੰਘ ਸਿੱਧੂ ਥੋੜਾ ਅਲੱਗ ਚੱਲ ਰਹੇ ਨੇ ਜੀ, ਤੇ ਬਿੱਟੂ ਅਲੱਗ ਚੱਲ ਰਹੇ ਨੇ, ਬਿੱਟੂ ਅਲੱਗ ਚੱਲ ਰਹੇ ਨੇ ਤੇ ਜਿਹੜੇ ਵੜਿੰਗ ਨੇ ਰਾਜਾ ਵੜਿੰਗ ਇਹਨਾਂ ਦੇ ਪ੍ਰਧਾਨ ਨੇ ਉਹ ਅਲੱਗ ਬਿਆਨਬਾਜ਼ੀ ਕਰ ਰਹੇ ਨੇ। ਚਲੋ ਉਹ ਬਾਤ ਦੀ ਗੱਲ ਹੈ, ਕਾਂਗਰਸ ਨੂੰ ਇਹ ਚੀਜ਼ਾਂ ਦਾ ਨੁਕਸਾਨ ਉਠਾਉਣਾ ਵੀ ਪਿਆ ਹੈ ਤੇ ਅੱਗੇ ਹੋਰ ਉਠਾਉਣਾ ਪੈ ਸਕਦਾ ਜੀ। ਕੱਲ੍ਹ ਕੱਲ੍ਹ ਕੇ ਬੀਜੇਪੀ ਨਾਲ ਗੱਠਜੋੜ ਕਰੇਗੀ? ਦੇਖੋ ਜੀ, ਉਹ ਬਾਤ ਦੀਆਂ ਗੱਲਾਂ ਨੇ, ਹਜੇ ਕਿਸਾਨ ਅੰਦੋਲਨ ਚੱਲਿਆ, ਬੰਦੀ ਸਿੱਖਾਂ ਦੀ ਰਿਹਾਈ ਲਈ ਮੁੱਦਿਆ ਚੱਲ ਰਿਹਾ, ਇਸ ਕਰਕੇ ਜੇ ਅਗਰ ਗਠਬੰਧਨ ਹੋ ਵੀ ਗਿਆ ਹੈ, ਹਜੇ ਇਹ ਸੰਭਾਵਨਾ ਨਹੀਂ ਸਾਡੀ ਤੇ ਹਜੇ ਸ਼ੋਅ ਨਹੀਂ ਹੋਊਗਾ ਗਠਬੰਧਨ। ਅਗਰ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਇਲੈਕਸ਼ਨ ਲੜਦੇ ਨੇ ਤੇ ਲੁਧਿਆਣਾ 'ਚ ਹਿੰਦੂ ਵੋਟ ਬਹੁਤ ਹੈ ਕਿਉਂਕਿ ਅਕਾਲੀਆਂ ਕੋ ਪੰਥਕ ਵੋਟ ਬਹੁਤ ਹੈ, ਪਰ ਹਿੰਦੂ ਵੋਟ ਲਈ ਸੇਂਦ ਲਗਾਉਣ ਲਈ ਵਿਪਨ ਸਿੰਘ ਕਾਕੇ ਤੇ ਅਕਾਲੀ ਦਲ ਦਾਉ ਖੇਲ ਸਕਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਲੋਕ ਸਭਾ ਚੋਣਾਂ ਦਾ ਬਿਗੁਲ ਕਿਸੇ ਸਮੇਂ ਵੀ ਵੱਜ ਸਕਦਾ ਹੈ। ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਹੌਟ ਸੀਟ ਮੰਨੀ ਜਾਂਦੀ ਹੈ ਲੁਧਿਆਣਾ, ਤੇ ਇੱਥੇ ਸਿਆਸਤ ਇੱਕ ਵਾਰ ਫਿਰ ਤੋਂ ਗਰਮ ਆ ਗਈ ਹੈ। ਸੋ 20 ਸਾਲਾਂ ਦਾ ਤਜਰਬਾ ਪੱਤਰਕਾਰੀ ਦੇ ਨਾਲ ਲੈ ਕੇ ਅਰਵਿੰਦਰ ਸਰਾਣਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ, ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਲੋਕ ਸਭਾ ਸੀਟਾਂ ਦੀ ਜਿਹੜੀ ਕਿ ਗੱਲ ਕੀਤੀ ਜਾਏ ਕਿ ਕਿਹੜੇ ਚਿਹਰੇ ਉੱਥੇ ਵੇਖੇ ਜਾ ਸਕਦੇ ਨੇ। ਨਮਸਕਾਰ ਸਰ। ਸਤਿ ਸ਼੍ਰੀ ਅਕਾਲ ਜੀ। ਅਰਵਿੰਦਰ ਜੀ, ਜਿਵੇਂ ਕਿ ਸਭ ਤੋਂ ਪਹਿਲਾਂ ਸਰਾਣਾ ਜੀ ਇਹ ਸਵਾਲ ਮਨ ਦੇ ਵਿੱਚ ਆਉਂਦਾ ਹੈ ਕਿ ਇੱਕ ਵਾਰੀ ਫਿਰ ਤੋਂ ਰਵਨੀਤ ਬਿੱਟੂ, ਇੱਕ ਵਾਰੀ ਫਿਰ ਤੋਂ ਮਹੇਸ਼ ਇੰਦਰ ਗਰੇਵਾਲ, ਇੱਦਾਂ ਦੇ ਵੱਡੇ ਵੱਡੇ ਚਿਹਰੇ ਹੈ ਜਿਹੜੇ ਕਿ ਇਹੀ ਚਿਹਰੇ ਮੁੜ ਤੋਂ ਦੇਖਣੇ ਪੈਣਗੇ ਕਿਉਂਕਿ ਲੋਕ ਸਭਾ ਚੋਣਾਂ ਦਾ ਬਿਗੁਲ ਹੈ ਜਿਹੜਾ ਕਿ ਕਿਸੇ ਸਮੇਂ ਵੀ ਵੱਜ ਸਕਦਾ ਹੈ, ਪਰ ਤੁਹਾਡੀ ਜਿਹੜੀ ਕਿ ਪੱਤਰਕਾਰੀ ਦਾ ਤਜਰਬਾ ਕੀ ਕਹਿੰਦਾ ਇਸ ਮਾਮਲੇ 'ਚ? ਜੀ, ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰਾਂਗੇ ਜੀ। ਅਗਰ ਪਿਛਲਾ ਲੋਕ ਸਭਾ ਇਲੈਕਸ਼ਨ ਦੇਖਿਆ ਜਾਵੇ ਤੇ ਕਾਂਗਰਸ ਨੇ ਫਤਿਹ ਕੀਤਾ ਸੀਗਾ ਲੁਧਿਆਣਾ ਤੋਂ, ਰਵਨੀਤ ਸਿੰਘ ਬਿੱਟੂ ਜਿੱਤੇ ਸੀ ਜੀ। ਹਾਲਾਂਕਿ ਸਰਕਾਰ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਣੀ ਸੀ, ਉਸ ਆਂਧੀ ਵਿੱਚ ਰਵਨੀਤ ਸਿੰਘ ਬਿੱਟੂ ਨੇ ਸੀਟ ਕੱਢੀ ਸੀ ਜੀ, ਕੱਢ ਲਈ ਸੀ। ਤੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪ੍ਰਬਲ ਦਾਅਵੇਦਾਰ ਰਵਨੀਤ ਸਿੰਘ ਬਿੱਟੂ ਨੇ ਜੀ, ਜਿਹੜੇ ਕਾਂਗਰਸ ਨੇ, ਹਾਲਾਂਕਿ ਇਹਦਾ ਇਹ ਮਤਲਬ ਨਹੀਂ ਹੈ ਕਿ ਇੱਕੋ ਹੀ ਦਾਅਵੇਦਾਰ ਨੇ, ਕਾਂਗਰਸ ਮੰਥਨ ਹੈ ਕਿਉਂਕਿ ਕਾਂਗਰਸ ਦੀ ਸਿਚੁਏਸ਼ਨ ਜੋ ਹੈ ਪੰਜਾਬ ਵਿੱਚ ਬਿਆਨਬਾਜ਼ੀ ਕਰਕੇ ਸਹੀ ਨਹੀਂ ਚੱਲ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਥੋੜਾ ਅਲੱਗ ਚੱਲ ਰਹੇ ਨੇ ਜੀ, ਤੇ ਬਿੱਟੂ ਅਲੱਗ ਚੱਲ ਰਹੇ ਨੇ, ਬਿੱਟੂ ਅਲੱਗ ਚੱਲ ਰਹੇ ਨੇ ਤੇ ਜਿਹੜੇ ਵੜਿੰਗ ਨੇ ਰਾਜਾ ਵੜਿੰਗ ਇਹਨਾਂ ਦੇ ਪ੍ਰਧਾਨ ਨੇ ਉਹ ਅਲੱਗ ਬਿਆਨਬਾਜ਼ੀ ਕਰ ਰਹੇ ਨੇ। ਚਲੋ ਉਹ ਇੱਕ ਬਾਤ ਦੀ ਗੱਲ ਹੈ, ਕਾਂਗਰਸ ਨੂੰ ਇਹ ਚੀਜ਼ਾਂ ਦਾ ਨੁਕਸਾਨ ਉਠਾਉਣਾ ਵੀ ਪਿਆ ਹੈ ਤੇ ਅੱਗੇ ਹੋਰ ਉਠਾ ਨਾ ਪੈ ਸਕਦਾ ਜੀ। ਸੋ ਪਹਿਲਾ ਨਾਮ ਜਿਹੜਾ ਕਿ ਸਾਰਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਤੇ ਤੁਹਾਡੇ ਵੀ ਦਿਮਾਗ 'ਚ ਉਹ ਆਇਆ, ਰਵਨੀਤ ਸਿੰਘ ਬਿੱਟੂ ਜਿਹੜੇ ਕਿ ਸੰਭਾਵਿਤ ਉਮੀਦਵਾਰ ਹੋ ਸਕਦੇ ਹੋ ਸਕਦੇ, ਤੇ ਦੂਜਾ ਨਾਮ ਦੀ ਗੱਲ ਕਰੀਏ ਤੇ ਦੂਜਾ ਨਾਮ ਕਿਹੜਾ ਚਰਚਾ ਦੇ ਵਿੱਚ? ਜੀ, ਦੂਸਰਾ ਨਾਮ ਜੋ ਚਰਚਾ 'ਚ ਕੈਪਟਨ ਸੰਦੀਪ ਜੋ ਦਾਖਾ ਤੋਂ ਇਲੈਕਸ਼ਨ ਲੜੇ ਸੀਗੇ ਬਿਲਕੁਲ, ਲੇਕਿਨ ਹਾਰ ਗਏ ਸੀ। ਹਾਲਾਂਕਿ ਕਾਂਗਰਸ ਦੇ ਇੱਕ ਕੱਦਾਵਰ ਨੇਤਾ ਨੇ, ਬੜੇ ਕੱਦ ਦੇ ਨੇਤਾ ਨੇ, ਉਹ ਵੀ ਸੰਭਾਵਿਤ ਹੋ ਸਕਦੇ, ਪਰ ਇਹ ਨਹੀਂ ਲੱਗਦਾ ਕਿ ਪਿੱਛੇ ਕਈ ਮਾਮਲਿਆਂ ਦੇ ਵਿੱਚ ਕੈਪਟਨ ਜਿਹੜੇ ਕਿ ਫਸੇ ਨੇ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਉਹਨਾਂ ਤੇ ਹਾਵੀ ਹੋ ਸਕਦੀਆਂ ਨੇ ਤੇ ਕਾਂਗਰਸ ਕਿਤੇ ਨਾ ਕਿਤੇ ਉਹਨਾਂ ਨੂੰ ਅਣਗੋਲਿਆ ਕਰ ਸਕਦੀ ਹੈ। ਹੋ ਸਕਦਾ ਹੈ, ਅਸੀਂ ਤਾਂ ਇੱਕ ਸੰਭਾਵਿਤ, ਇੱਕ ਸੰਭਾਵਨਾ ਇੱਕ ਵਿਅਕਤ ਕਰ ਰਹੇ ਹਾਂ ਜਿਹੜੇ ਪ੍ਰਬਲ ਦਾਅਵੇਦਾਰ ਨੇ, ਅਸੀਂ ਇਹ ਨਹੀਂ ਕਹਿ ਰਹੇ ਕਿ ਇਹੀ ਦਾਅਵੇਦਾਰ ਨੇ। ਕਾਂਗਰਸ ਅਗਰ ਸਟੱਡੀ ਕਰੂਗੀ, ਲੋਕ ਮਤ ਜਾਣੂਗੀ ਜਾਂ ਕਾਂਗਰਸ ਦੇ ਥੱਲੇ ਕੈਡਰਾਂ ਦੀ ਗੱਲ ਸੁਣੂਗੀ ਤੇ ਕੈਂਡੀਡੇਟ ਤਾਂ ਡਿਸਾਈਡ ਹੋਣਾ। ਦੋਨਾਂ ਕੈਂਡੀਡੇਟ ਨੂੰ ਆਪਾਂ ਹੁਣ ਦੇਖਦੇ ਨੇ ਕਿਹਦਾ ਪੱਲੜਾ ਜ਼ਿਆਦਾ ਭਾਰੀ ਹੈ ਜਨਤਾ ਦੇ ਵਿੱਚ। ਆਬਵੀਅਸਲੀ ਜੇਕਰ ਗੱਲ ਕੀਤੀ ਜਾਵੇ ਰਵਨੀਤ ਸਿੰਘ ਬਿੱਟੂ ਦੀ ਗੱਲ, ਉਹ ਰਨਰ ਕੈਂਡੀਡੇਟ ਨੇ ਪਿਛਲੇ ਵਾਰ ਦੇ ਜਿੱਤੇ ਹੋਏ ਸੀਗੇ, ਇਸ ਵਾਰ ਵੀ ਉਹ ਕੈਂਡੀਡੇਟ ਨੇ ਤੇ ਪ੍ਰਬਲ ਦਾਅਵੇਦਾਰੀ ਤਾਂ ਰਵਨੀਤ ਸਿੰਘ ਬਿੱਟੂ ਦੀ ਬਣਦੀ ਹੈ। ਹੁਣ ਤੀਸਰਾ ਨਾਂ ਅਸੀਂ ਅਗਰ ਲਈਏ ਤੇ ਤੀਸਰਾ ਨਾਂ
ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮੰਤਰੀ ਨੇ। ਇਹ ਨਾਮ ਹੈ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਇਸ ਨਾਮ ਬਾਰੇ ਸੋਚ ਸਕਦੀ ਹੈ, ਕਿਉਂਕਿ ਚਰਚਾ ਦੇ ਵਿੱਚ ਵੀ ਰਹੇ ਭਾਰਤ ਭੂਸ਼ਣ ਆਸ਼ੂ, ਤੇ ਦੂਜੀ ਗੱਲ ਲੋਕਾਂ ਦੇ ਪਸੰਦੀਦਾ ਨੇਤਾ ਵੀ ਮੰਨੇ ਜਾਂਦੇ ਸੀ। ਬਿਲਕੁਲ ਜੀ, ਮੁੱਖ ਮੰਤਰੀ ਦੇ ਹਿੰਦੂ ਚਿਹਰੇ ਦੇ ਨਾਲ ਦਾਅਵੇਦਾਰੀ ਸੀਗੀ ਉਹਨਾਂ ਦੀ ਜੀ। ਹਾਲਾਂਕਿ ਮੁੱਖ ਮੰਤਰੀ ਜਦੋਂ ਹਿੰਦੂ ਚਿਹਰੇ ਦੀ ਗੱਲ ਆਏਗੀ, ਉਪ ਮੁੱਖ ਮੰਤਰੀ ਕਿਹਨਾਂ ਨੂੰ ਬਣਾਇਆ ਜਾਵੇ, ਤੇ ਇਹਨਾਂ ਦਾ ਨਾਂ ਵੀ ਆਇਆ ਸੀ। ਹਾਂਜੀ ਆਇਆ ਸੀਗਾ। ਇਹ ਹੁਣ ਦਾਵਾ ਪੇਸ਼ ਕਰਦੇ ਨੇ ਨਹੀਂ ਕਰਦੇ ਨੇ, ਉਹ ਬਾਅਦ ਦੀਆਂ ਗੱਲਾਂ ਨੇ, ਪਰ ਕਾਂਗਰਸ ਤੋਂ ਇੱਕ ਪ੍ਰਬਲ ਦਾਅਵੇਦਾਰ ਨੇ, ਇੱਕ ਸੰਭਾਵਨਾ ਹੋਰ ਹੈ ਜੀ, ਇੱਕ ਆਪਾਂ ਤੀਸਰਾ ਸੋਰੀ ਚੌਥਾ ਉਮੀਦਵਾਰ ਸੰਭਾਵਿਤ ਵੀ ਕਰ ਸਕਦੇ ਆ ਜੀ। ਕੋਈ ਜ਼ਰੂਰੀ ਨਹੀਂ ਕਿ ਤਿੰਨਾਂ ਦਾ ਨਾਂ ਹੋਵੇ, ਪਰ ਪ੍ਰਬਲ ਦਾਅਵੇਦਾਰੀ ਉਹ ਕਿਹੜਾ ਲੱਗਦਾ ਤੁਹਾਨੂੰ ਸਰਾਣਾ ਜੀ, ਉਹ ਕਿਹੜਾ ਹੋ ਸਕਦਾ? ਉਹ ਤਾਂ ਦੇਖੋ ਜੀ, ਕਾਂਗਰਸ ਹਾਈ ਕਮਾਨ ਹੈ, ਉਹ ਤਾਂ ਦੇਖ ਲਓ ਬਾਹਰੋਂ ਵੀ ਦੇ ਸਕਦੇ ਨੇ, ਆਪਣੇ ਜਿਹੜੇ ਉੱਪਰਲੇ ਨੇਤਾ ਨੇ ਉਹ ਜਿਹੜੇ ਕਾਂਗਰਸ ਦੇ ਸਲਾਹਕਾਰ ਨੇ। ਪਰ ਮੈਨੂੰ ਮੈਨੂੰ ਇਹ ਨਹੀਂ ਲੱਗਦਾ ਸਰਾਣਾ ਜੀ, ਜਿਹੜੇ ਤਿੰਨ ਨਾਮ ਤੁਸੀਂ ਲਏ ਹੈ, ਇਹਨਾਂ ਤਿੰਨਾਂ ਨਾਮਾਂ ਨੂੰ ਗੋਲਿਆ ਕਰਕੇ ਕਾਂਗਰਸ ਬਾਹਰੋਂ ਦੇ ਕਿਸੇ ਕੈਂਡੀਡੇਟ ਨੂੰ ਲੁਧਿਆਣੇ 'ਚ ਲਿਆ ਕੇ ਖੜਾ ਕਰੇਗੀ ਜਾਂ ਚੁਣਾਵ ਲੜਾਏਗੀ? ਦੇਖੋ ਜੀ, ਇਹ ਤਾਂ ਹੋ ਸਕਦਾ ਹੈ ਜਦੋਂ ਇਹ ਤਿੰਨਾਂ ਨਾਵਾਂ 'ਤੇ ਕੋਈ ਨਾ ਕੋਈ ਮਤਭੇਦ ਪੈਦਾ ਹੋ ਜਾਣ ਜੀ। ਜੇ ਅਗਰ ਵਰਕਰ ਕਹਿ ਦੇਣ ਕਿ ਨਹੀਂ ਜੀ ਬਿੱਟੂ ਨੂੰ ਨਹੀਂ ਆਸ਼ੂ ਨੂੰ ਦਿਓ, ਕੋਈ ਵਰਕਰ ਕਵੇ ਆਸ਼ੂ ਨੂੰ ਨਹੀਂ ਦਿਓ ਜੀ ਬਿੱਟੂ ਨੂੰ ਦਿਓ, ਤੇ ਇੱਕ ਮਤਲਬ ਸੰਭਾਵਨਾ ਫਿਰ ਉਸ ਚੀਜ਼ ਨੂੰ ਬੈਲੈਂਸ ਕਰਨ ਲਈ ਹਾਈ ਕਮਾਨ ਨਾ ਚੇਂਜ ਕਰ ਸਕਦੀ ਹੈ। ਸੋ ਪੱਤਰਕਾਰ ਸਰਾਣਾ ਜੀ ਨਾਲ ਗੱਲਬਾਤ ਕਰ ਰਹੇ ਹਾਂ, ਪਰ ਕਮੈਂਟ ਕਰਕੇ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਕਮੈਂਟ ਕਰਕੇ ਦੱਸੋ, ਕਾਂਗਰਸ ਦੇ ਜਿਹੜੇ ਤਿੰਨ ਨਾਮ ਲਏ ਨੇ ਅਸੀਂ, ਭਾਰਤ ਭੂਸ਼ਣ ਆਸ਼ੂ, ਰਮਨੀਤ ਸਿੰਘ ਬਿੱਟੂ ਤੇ ਕੈਪਟਨ ਸੰਧੂ ਦੇ ਜਿਹੜੇ ਨਾਮ ਲਏ ਨੇ, ਉਸ ਤੋਂ ਇਲਾਵਾ ਤੁਹਾਨੂੰ ਕੌਣ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਕਿਹੜੇ ਉਮੀਦਵਾਰ ਨੂੰ ਉਤਾਰ ਸਕਦੀ ਹੈ? ਜੇ ਤੁਹਾਨੂੰ ਲੱਗਦਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਕਿਸੇ ਨੂੰ ਉਤਾਰਿਆ ਜਾ ਸਕਦਾ, ਤੇ ਤੁਸੀਂ ਵੀ ਕਮੈਂਟ ਕਰਕੇ ਜਿਹੜੀ ਕਿ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਅਕਾਲੀ ਦਲ ਦੀ, ਸਭ ਤੋਂ ਪੁਰਾਣੀ ਪਾਰਟੀ ਮੰਨੀ ਜਾਂਦੀ ਹੈ, ਸੋ ਰਾਜਨੀਤੀ ਦਾ ਪੂਰਾ ਗਿਆਨ ਹੈ ਅਕਾਲੀ ਦਲ ਨੂੰ, ਪਰ ਅਕਾਲੀ ਦਲ ਪਿੱਛੇ ਰਹਿ ਗਈ ਹੈ ਕਿਤੇ ਨਾ ਕਿਤੇ ਨਾ, ਤੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਲੈ ਕੇ ਕਿਤੇ ਤਰ੍ਹਾਂ ਦਾ ਕੋਈ ਮਤਭੇਦ ਚੱਲੇਗਾ, ਪਰ ਜਿਹੜੇ ਸੋਚਣਗੇ ਕਿ ਪਹਿਲੇ ਤਾਂ ਮੈਨੂੰ ਇਹ ਦੱਸੋ ਸਰਾਣਾ ਜੀ, ਸਭ ਤੋਂ ਪਹਿਲਾ ਸਵਾਲ ਆਉਂਦਾ, ਅਕਾਲੀ ਦਲ ਕੀ ਬੀਜੇਪੀ ਨਾਲ ਗੱਠਜੋੜ ਕਰੇਗੀ? ਦੇਖੋ ਜੀ, ਉਹ ਬਾਅਦ ਦੀਆਂ ਗੱਲਾਂ ਨੇ, ਹਜੇ ਕਿਸਾਨ ਅੰਦੋਲਨ ਚੱਲਿਆ, ਬੰਦੀ ਸਿੱਖਾਂ ਦੀ ਰਿਹਾਈ ਲਈ ਮੁੱਦਿਆ ਚੱਲਿਆ, ਇਸ ਕਰਕੇ ਜੇ ਅਗਰ ਗਠਬੰਧਨ ਹੋ ਵੀ ਗਿਆ ਹੈ ਜੀ, ਹਜੇ ਇਹ ਸੰਭਾਵਨਾ ਨੇ ਸਾਡੀਆਂ ਤੇ ਹਜੇ ਸ਼ੋਅ ਨਹੀਂ ਹੋਊਗਾ ਗਠਬੰਧਨ। ਸੋ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਹੋਰ ਜਿਹੜਾ ਕਿ ਗੱਲ ਆਈ ਮੇਰੇ ਦਿਮਾਗ ਦੇ ਵਿੱਚ, ਉਹ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ, ਕਿਤੇ ਨਾ ਕਿਤੇ ਲੱਗਦਾ ਕਿ ਉਹ ਸਫਲ ਹੋਈ, ਕਿਉਂਕਿ ਸਭਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਹ ਵਿਫਲ ਹੋ ਕੇ ਰਹਿ ਗਈ ਹੈ। ਬਿਲਕੁਲ ਜੀ, ਵਿਫਲ ਹੋ ਕੇ ਇਸ ਕਰਕੇ ਰਹਿ ਗਈ, ਉਹਨਾਂ ਦੀ ਯਾਤਰਾ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਇਸ ਕਰਕੇ ਮਜਬੂਰਨ ਉਹਨਾਂ ਨੂੰ ਸਥਗਿਤ ਕਰਨੀ ਕਵੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜਦੋਂ ਇਹ ਚੀਜ਼ਾਂ ਪੂਰੀਆਂ ਹੋ ਜਾਣਗੀਆਂ, ਕਿਸਾਨਾਂ ਦੀ ਮੰਗਾਂ ਪੂਰੀਆਂ ਹੋ ਜਾਣਗੀਆਂ, ਕੋਈ ਨਿਰਣੇ ਤੇ ਕੰਮ ਆ ਜਾਊਗਾ, ਫਿਰ ਆਪਾਂ ਯਾਤਰਾ ਅੱਗੇ ਨੂੰ ਕੰਟੀਨਿਊ ਕਰਾਂਗੇ। ਸੋ ਬਿਨਾਂ ਕਿਸੇ ਦੇਰੀ ਤੋਂ ਹੁਣ ਨਾਵਾਂ ਤੇ ਚਰਚਾ ਕਰਦੇ ਹਾਂ, ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਕਿਹੜੇ ਚਿਹਰਿਆਂ ਤੇ ਜਿਹੜਾ ਕਿ ਵਿਚਾਰ ਚਰਚਾ ਕਰ ਸਕਦਾ ਜਾਂ ਕਿਹੜੇ ਚਿਹਰਿਆਂ ਨੂੰ ਲੁਧਿਆਣੇ ਦੇ ਵਿੱਚ ਉਤਾਰ ਸਕਦਾ? ਸੋ ਪਹਿਲਾ ਨਾਮ ਜਾਣਦੇ ਆ ਜੀ ਸਰਾਣਾ ਜੀ, ਕਿਹੜਾ ਦਿਮਾਗ ਦੇ ਵਿੱਚ ਆਉਂਦਾ? ਦੇਖੋ ਜੀ, ਪਹਿਲਾ ਨਾਮ ਜੋ ਖੁਦ ਸੁਖਵੀਰ ਬਾਦਲ ਕੁਛ ਦਿਨ ਪਹਿਲਾਂ ਅਨਾਊਂਸਮੈਂਟ ਕਰ ਗਏ ਸੀ, ਵਿਪਨ ਸੂਦ ਕਾਕਾ ਜੀ, ਕਿਉਂਕਿ ਉਹ ਹਿੰਦੂ ਚਿਹਰਾ ਨੇ, ਅਗਰ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਇਲੈਕਸ਼ਨ ਲੜਦੇ ਨੇ ਜੀ, ਤੇ ਲੁਧਿਆਣਾ 'ਚ ਹਿੰਦੂ ਵੋਟ ਬਹੁਤ ਹੈ, ਕਿਉਂਕਿ ਅਕਾਲੀਆਂ ਕੋ ਪੰਥਕ ਵੋਟ
ਬਹੁਤ ਹੈ ਬਹੁਤ ਹੈ, ਪਰ ਹਿੰਦੂ ਵੋਟ ਲਈ ਸੇਂਦ ਲਗਾਉਣ ਲਈ ਜੀ ਵਿਪਨ ਸੂਦ ਕਾਕੇ ਤੇ ਅਕਾਲੀ ਦਲ ਦਾਉ ਖੇਲ ਸਕਦੇ। ਕਿਤੇ ਨਾ ਕਿਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਨਾ ਜਿਹੜੀ ਵੋਟਾਂ ਦੀ ਰਾਜਨੀਤੀ ਹੁੰਦੀ ਹੈ ਉਹ ਹਿੰਦੂ ਸਿੱਖ ਵੋਟ ਦੀ ਰਾਜਨੀਤੀ ਬਹੁਤ ਜ਼ਿਆਦਾ ਵੇਖੀ ਜਾਂਦੀ ਹੈ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਤਾਂ ਸਿੱਖ ਚਿਹਰਾ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਉਤਾਰਨਾ ਤੇ ਹਿੰਦੂ ਵੋਟ ਤੁਸੀਂ ਕਿੱਦਾਂ ਹਾਸਲ ਕਰਨੀ ਹੈ, ਇਹ ਰਾਜਨੇਤਾ ਬੜੀ ਮਤਲਬ ਚੀਜ਼ਾਂ ਸੋਚ ਸਮਝ ਕੇ ਕੈਂਡੀਡੇਟ ਨੂੰ ਉਤਾਰਦੇ ਨੇ। ਪਰ ਇਹ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਰਮੇਸ਼ ਇੰਦਰ ਗਰੇਵਾਲ ਉਤਰ ਸਕਦੇ ਨੇ ਲੋਕ ਸਭਾ ਚੋਣਾਂ? ਬਿਲਕੁਲ, ਜੋ ਸੀਨੀਅਰ ਲੀਡਰ ਨੇ ਉਹ ਬਿਲਕੁਲ ਉਤਰ ਸਕਦੇ ਨੇ। ਅਸੀਂ ਇੱਕ ਸੰਭਾਵਨਾ ਲਾ ਰਹੇ ਹਾਂ, ਪਰ ਪ੍ਰਲਵਲ ਦਾਵੇਦਾਰੀ ਅਗਰ ਕੱਲੀ ਲੜਦੀ ਅਕਾਲੀ ਦਲ ਤੇ ਫਿਰ ਵਿਪਨ ਸੂਦ ਕਾਕਾ ਹੋ ਸਕਦੇ ਨੇ, ਉਹ ਹੋ ਸਕਦੇ ਨੇ, ਮਹੇਸ਼ ਇੰਦਰ ਗਰੇਵਾਲ ਜੀ ਹੋ ਸਕਦੇ ਨੇ, ਦੂਜੇ ਨਾਮ ਜੀ, ਦੂਸਰਾ ਨਾਮ, ਤੀਸਰਾ ਨਾਮ ਮਨਪ੍ਰੀਤ ਸਿੰਘ ਐਯਾਲੀ, ਬਹੁਤ ਬਹੁਤ ਚਰਚਾ ਦੇ ਵਿੱਚ ਰਹਿਣ ਵਾਲਾ ਨਾਮ ਹੈ ਤੇ ਕਹਿੰਦੇ ਨੇ ਕਿ ਲੋਕ ਪਸੰਦ ਵੀ ਬਹੁਤ ਕਰਦੇ ਨੇ ਆਲੀ ਜੀ ਨੂੰ ਤੇ ਇਹ ਵੀ ਨਾਮ ਹੋ ਸਕਦਾ ਹੈ। ਹੋ ਸਕਦਾ, ਲੇਕਿਨ ਹਾਲਾਂਕਿ ਮਨਪ੍ਰੀਤ ਆਲੀ ਅਜੇ ਅਕਾਲੀ ਦਲ ਤੋਂ ਥੋੜਾ ਜਿਹਾ ਨਾਰਾਜ਼ ਨੇ ਜੀ, ਉਹ ਉਨ ਗਤੀਵਿਧੀਆਂ 'ਚ ਨਹੀਂ ਆ ਰਹੇ ਨੇ। ਅਕਾਲੀ ਦਲ ਉਹਨਾਂ ਨੂੰ ਮਨਾਉਣ ਲਈ ਜੀ ਕੈਂਡੀਡੇਟ ਬਣਾ ਸਕਦੀ ਹੈ, ਉਹ ਟਾਈਮ ਦੱਸ ਸਕਦਾ ਅਗਰ ਗਠਬੰਧਨ ਨਹੀਂ ਹੁੰਦਾ ਜੀ ਤੇ ਸੰਭਾਵਿਤ ਕੋਈ ਤੀਸਰੇ ਤੋਂ ਬਾਅਦ ਚੌਥਾ ਵੀ ਹੋ ਸਕਦਾ ਜੀ, ਤੀਜੇ ਤੋਂ ਬਾਅਦ ਚੌਥਾ ਵੀ ਹੋ ਸਕਦਾ। ਸੋ ਚੌਥਾ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਚੌਥਾ ਦਾਅਵੇਦਾਰ ਕਿਹੜਾ ਲੱਗਦਾ ਵਿਪਨ ਸੂਦ ਕਾਕਾ ਤੇ ਜਿਹੜੀ ਕਿ ਸਾਡੀ ਸਹਿਮਤੀ ਹੋਈ ਹੈ ਜੀ ਹਾਂ ਹਿੰਦੂ ਵੋਟ ਲੈਣ ਦੇ ਲਈ ਉਹਨਾਂ ਨੂੰ ਉਤਾਰਿਆ ਜਾ ਸਕਦਾ ਅਕਾਲੀ ਦਲ ਵੱਲੋਂ, ਦੂਸਰਾ ਮਹੇਸ਼ ਇੰਦਰ ਸਿੰਘ ਗਰੇਵਾਲ ਹੋ ਸਕਦੇ ਨੇ, ਤੀਜਾ ਆਯਾਲੀ ਜੀ ਹੋ ਸਕਦੇ ਨੇ ਮਨਪ੍ਰੀਤ ਆਯਾਲੀ ਜਿਹੜੇ ਕਿ ਲੋਕਾਂ ਦੇ ਪਸੰਦੀਦਾ ਨੇਤਾ ਮੰਨੇ ਜਾਂਦੇ ਨੇ ਤੇ ਉਹ ਵੀ ਹੋ ਸਕਦੇ ਨੇ। ਪਰ ਜੇਕਰ ਆਯਾਲੀ ਬਿੱਟੂ ਜਾਂ ਇੱਦਾਂ ਦੇ ਚਿਹਰੇ ਮੁੜ ਤੋਂ ਖੜੇ ਕੀਤੇ ਜਾਣੇ ਤੇ ਮੈਨੂੰ ਲੱਗਦਾ ਕਿ ਮੁਕਾਬਲਾ ਇੱਕ ਵਾਰੀ ਫਿਰ ਤੋਂ ਫਸਵਾ ਹੋ ਸਕਦਾ। ਬਿਲਕੁਲ ਜੀ, ਕਿਉਂਕਿ ਤੁਸੀਂ ਆਪ ਹੀ ਕਹਿ ਕੇ ਹਟੇ ਹੋ ਕਿ ਲੁਧਿਆਣਾ ਸੀਟ ਬੜੀ ਹੌਟ ਮੰਨੀ ਜਾਂਦੀ ਹੈ, ਸਨਅਤੀ ਸ਼ਹਿਰ ਹੈ, ਰੈਵਨਿਊ ਬੜਾ ਇਕੱਠਾ ਹੁੰਦਾ ਹੈ, ਦਿਲ ਹੈ ਪੰਜਾਬ ਦਾ ਲੁਧਿਆਣਾ, ਕਿਤੇ ਨਾ ਕਿਤੇ ਸੀਟ ਤੇ ਸਾਰਿਆਂ ਦੀ ਨਜ਼ਰਾਂ ਰਹਿਣਗੀਆਂ ਕਿ ਸੀਟ ਤੋਂ ਕੌਣ ਆਉਂਦਾ। ਲੇਕਿਨ ਸਭ ਤੋਂ ਇੰਟਰਸਟਿਡ ਗੱਲ ਹੈ, ਜਿਹੜੀ ਬਹੁਤ ਵਧੀਆ ਇੰਟਰਸਟਿਡ ਗੱਲ ਹੈ, ਜੇ ਅਗਰ ਅਕਾਲੀ ਦਲ ਇਕੱਲੀ ਲੜੀ ਫਿਰ ਅਕਾਲੀ ਦਲ ਨੂੰ ਵੀ ਨੁਕਸਾਨ ਹੋ ਸਕਦਾ ਤੇ ਬੀਜੇਪੀ ਨੂੰ ਵੀ ਨੁਕਸਾਨ ਹੋ ਸਕਦਾ ਜੀ। ਸੋ ਵੱਡੀ ਗੱਲ ਕਹਿ ਦਿੱਤੀ ਤੁਸੀਂ ਕਿ ਅਕਾਲੀ ਦਲ ਨੂੰ, ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਕਿ ਅਕਾਲੀ ਦਲ ਨਾ ਜਿਹੜਾ ਦਬਾਅ ਹੁੰਦਾ ਸੀ ਪਿੰਡਾਂ ਦੇ ਵਿੱਚ ਕਹਿੰਦੇ ਅਕਾਲੀ ਦਲ ਦੀ ਬੜੀ ਵੋਟ ਹੈ ਬੜੀ ਵੋਟ ਹੈ, ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾਂਦਾ ਹੈ। ਨਹੀਂ ਬਿਲਕੁਲ ਜੀ, ਉਹ ਸਹੀ ਗੱਲ ਤੁਸੀਂ ਕਹੀ ਹੈ ਪ੍ਰਿੰਕਾ ਜੀ, ਜਿਹੜੇ ਆਮ ਤੀਵੇਂ ਤੀਵੇਂ ਜਿਵੇਂ ਮੁੱਦੇ ਨੇ ਪੰਥਕ ਮੁੱਦੇ ਨੇ ਉਹਨਾਂ ਤੇ ਅਕਾਲੀ ਦਲ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਖਰਾ ਨਹੀਂ ਉਤਰਿਆ ਹੈ, ਚਾਹੇ ਬੇਅਦਬੀ ਦਾ ਮਾਮਲਾ ਹੋਵੇ, ਅੱਜ ਵੀ ਉਹਨਾਂ ਉੱਤੇ ਬੇਅਦਬੀ ਦਾ ਉਹ ਮਾਮਲਾ ਬੁਰਾਈ ਬੁਰੀ ਛਾਪ ਲੈ ਕੇ ਖੜਾ ਹੈ, ਚਾਹੇ ਸਿੱਖਾਂ ਦੀ ਰਿਹਾਈ ਦਾ ਮਾਮਲਾ, ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਹੋਵੇ, ਅੱਜ ਉਹ ਵੀ ਕਿਸਾਨ ਅੰਦੋਲਨ ਲੈ ਕੇ ਕਈ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀ ਅਕਾਲੀ ਦਲ ਨੂੰ ਸਟੈਂਡ ਨਹੀਂ ਹੁੰਦੇ ਜੀ। ਪਰ ਕਈ ਕਈ ਮੁੱਦਿਆਂ ਦੀ ਜੇਕਰ ਗੱਲ ਕੀਤੀ ਜਾਵੇ ਸਾਨੂੰ ਲੱਗਦਾ ਸੀ ਸ਼ਾਇਦ ਇਹ ਸਰਕਾਰ ਹੈ ਸਵਾਰ ਸਕਦੀ ਹੈ, ਉਹ ਸਰਕਾਰ ਸਵਾਰ ਸਕਦੀ ਹੈ ਪੰਜਾਬ ਨੂੰ, ਸਾਰੀਆਂ ਸਰਕਾਰਾਂ ਪੰਜਾਬ ਦੇ ਵਿੱਚ ਆ ਕੇ ਚਲੀਆਂ ਗਈਆਂ, ਲੇਕਿਨ ਪੰਜਾਬ ਦੇ ਲੋਕ ਉੱਥੋਂ ਦੇ ਉੱਥੇ ਖੜੇ ਨੇ। ਲੱਗਦਾ ਕਿ ਹੁਣ ਇੱਕ ਵਾਰ ਫਿਰ ਤੋਂ ਮੌਕਾ ਦੇ ਕੇ ਪੰਜਾਬ ਦੇ ਲੋਕ ਹੈ ਜਿਹੜਾ ਕਿ ਕਦੇ ਕਿਹਾ ਜਾਂਦਾ ਸੀ ਨਾ, ਇਹ ਤੁਸੀਂ ਵੀ ਸੁਣਿਆ ਹੋਣਾ ਕਿ ਕੇਂਦਰ ਦੇ ਓਪੋਜ਼ਿਟ ਚੱਲਦਾ ਹੈ, ਉਲਟਾ ਹੀ ਚੱਲਦਾ ਹੈ ਪੰਜਾਬ ਦਾ। ਡਿਸੀਜ਼ਨ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਈ ਸੀ, ਮੇਰੇ ਖਿਆਲ ਨਾਲ ਪੰਜ ਰਾਜਾਂ ਤੋਂ ਸਿਰਫ ਪੰਜਾਬ ਰਾਜ ਕੈਪਟਨ ਨੇ ਜਿੱਤਿਆ ਸੀ, ਬਾਕੀ ਸਾਰੇ ਬੀਜੇਪੀ ਜਿੱਤ ਗਈ, ਬੀਜੇਪੀ ਜਿੱਤ ਗਈ ਤੇ ਬੀਜੇਪੀ ਦਾ ਹੋਲਡ ਬਹੁਤ ਸੀ, ਲੇਕਿਨ ਪੰਜਾਬ ਦਾ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਪੰਜਾਬ ਹਮੇਸ਼ਾ ਕੇਂਦਰ ਤੋਂ ਉਲਟ ਚੱਲਦਾ ਹੈ। ਕੰਮ ਪੰਜਾਬ ਦੇ ਲੋਕ ਨੇ ਜਿਹੜੇ ਵੋਟਰ ਨੇ ਉਹ ਹਮੇਸ਼ਾ ਕੇਂਦਰ ਦੇ ਸਾਥ ਨਹੀਂ ਚੱਲਦੇ ਨੇ, ਹਮੇਸ਼ਾ ਉਹਨਾਂ ਦੇ ਅਗੇਂਸਟ ਵੋਟਿੰਗ ਕਰਦੇ ਜੀ। ਇਹ ਤਾਂ ਅਸੀਂ ਗੱਲਬਾਤ ਕੀਤੀ ਹੈ ਜੀ, ਅਸੀਂ ਨਾਵਾਂ ਦੀ ਜਿਹੜੀ ਕਿ ਸੰਭਾਵਿਤ ਨਾਮ ਹੈ ਤੁਹਾਨੂੰ ਦੱਸੇ ਨੇ, ਪਰ ਤੁਹਾਡੇ ਜ਼ਿਹਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਨਾਮ ਆਉਂਦਾ ਲੋਕ ਸਭਾ 'ਚ ਚੋਣਾਂ ਨੂੰ ਲੈ ਕੇ? ਕਾਂਗਰਸ ਦਾ ਕੈਂਡੀਡੇਟ ਤੁਸੀਂ
ਕਿਹਨੂੰ ਦੇਖਦੇ ਹੋ, ਅਕਾਲੀ ਦਲ ਦਾ ਕੈਂਡੀਡੇਟ ਤੁਸੀਂ ਕਿਹਨੂੰ ਦੇਖਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੇ ਐਪੀਸੋਡ ਦੇ ਵਿੱਚ ਆਪ ਬਾਰੇ ਅਤੇ ਬੀਜੇਪੀ ਬਾਰੇ ਚਰਚਾ ਕਰਾਂਗੇ।